ਮੋਬਾਈਲ ਰਿਚਾਰਜ ਲੱਗਿਆ ਮਹਿੰਗਾ ਤਾਂ ਕੁੱਟਤਾ ਦੁਕਾਨਦਾਰ। ਆ ਦੇਖੋ ਨਿਹੰਗਾ ਦੇ ਬਾਣੇ ਚ ਆਏ ਬਦਮਾਸ਼ਾਂ ਨੇ ਕੀਤੀ ਗੁੰਡਾਗਰਦੀ। ਤਾਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਨਿਹੰਗਾ ਦੇ ਬਾਣੇ ਚ ਆਏ ਬਦਮਾਸ਼ਾਂ ਦੇ ਵੱਲੋਂ ਇਸ ਦੁਕਾਨਦਾਰ ਦੀ ਕੁੱਟਮਾਰ ਕੀਤੀ ਗਈ ਹੈ, ਜਿਸ ਤੋਂ ਬਾਅਦ ਇਹ ਉਸਦੇ ਗੱਲੇ ਦੇ ਵਿੱਚੋਂ ਸਾਰੇ ਪੈਸੇ ਕੱਢ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਤਾਂ ਮਾਮਲਾ ਮੋਹਾਲੀ ਤੋਂ ਸਾਹਮਣੇ ਆਇਆ ਹੈ, ਜਿੱਥੇ ਦੁਕਾਨਦਾਰ ਨੇ ਦੱਸਿਆ ਕਿ ਉਸਦੀ ਦੁਕਾਨ ਤੇ ਕੁਝ ਲੋਕ ਰੀਚਾਰਜ ਕਰਵਾਉਣ ਆਏ ਸੀ, ਜੋ ਕਿ ਖੁਦ ਨੂੰ ਨਿਹੰਗ ਸਿੰਘ ਦੱਸ ਰਹੇ ਸੀ ਤੇ ਕਹਿ ਰਹੇ ਸੀ ਕਿ ਅਸੀਂ ਮੋਰਚੇ ਤੋਂ ਆਏ ਹਾਂ। ਤਾਂ ਮੈਂ ਉਹਨਾਂ ਨੂੰ 300 ਰੁਪਏ ਦਾ ਰਿਚਾਰਜ ਦੱਸਿਆ, ਜੋ ਕਿ ਉਹਨਾਂ ਨੂੰ ਮਹਿੰਗਾ ਲੱਗਿਆ। ਤੇ ਫਿਰ ਉਹਨਾਂ ਦੇ ਵੱਲੋਂ ਦੁਕਾਨ ਦੇ ਵਿੱਚ ਵੜ ਕੇ ਉਸਦੀ ਕੁੱਟਮਾਰ ਕੀਤੀ ਜਾਂਦੀ ਹੈ ਤੇ ਉਸਦੇ ਗੱਲੇ ਦੇ ਵਿੱਚੋਂ ਕਰੀਬ 50,000 ਰੁਪਏ ਦੀ ਰਕਮ ਕੱਢ ਲਈ ਜਾਂਦੀ ਹੈ, ਜੋ ਕਿ CCTV ਕੈਮਰੇ ਦੇ ਵਿੱਚ ਵੀ ਕੈਦ ਹੋ ਜਾਂਦੀ ਹੈ। ਤਾਂ ਵੇਖ ਸਕਦੇ ਹੋ ਸਰੇਆਮ ਇਸ ਦੁਕਾਨਦਾਰ ਦੀ ਕੁੱਟਮਾਰ ਕੀਤੀ ਗਈ ਹੈ, ਜਿਸ ਦੇ ਵਿੱਚ ਇਹ ਸ਼ਖਸ ਨਿਹੰਗ ਸਿੰਘ ਦੇ ਬਾਣੇ ਦੇ ਵਿੱਚ ਆਉਂਦੇ ਨੇ ਤੇ ਇਸਦੀ ਕੁੱਟਮਾਰ ਕਰਕੇ ਉਸਦੇ ਗੱਲੇ ਦੇ ਵਿੱਚੋਂ ਪਏ ਪੈਸੇ ਕੱਢ ਕੇ ਫਰਾਰ ਹੋ ਜਾਂਦੇ ਨੇ। ਤਾਂ ਇਸ ਸੰਬੰਧੀ ਇਸ ਸ਼ਖਸ ਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ ਤੇ ਪੁਲਿਸ ਦੇ ਵੱਲੋਂ ਵੀ ਮਾਮਲਾ ਦਰਜ ਕਰ ਲਿਆ। ਤਾਂ ਦੁਕਾਨਦਾਰ ਨੇ ਦੱਸਿਆ ਕਿ ਜਦ ਇਹਨਾਂ ਦੇ ਵੱਲੋਂ ਮੇਰੀ ਕੁੱਟਮਾਰ ਕੀਤੀ ਗਈ ਤਾਂ ਇਹ ਦੋਨੋਂ ਮੌਕੇ ਤੋਂ ਫਰਾਰ ਹੋਣ ਲੱਗੇ ਸੀ। ਤਾਂ ਲੋਕਾਂ ਦੇ ਵੱਲੋਂ ਇੱਕ ਸ਼ਖਸ ਨੂੰ ਮੌਕੇ ਤੋਂ ਫੜ ਲਿਆ ਗਿਆ, ਜੋ ਕਿ ਜਾਲੀ ਨਿਹੰਗ ਸਿੰਘ ਬਣ ਕੇ ਆਇਆ ਸੀ, ਜਿਸ ਤੋਂ ਬਾਅਦ ਹੁਣ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰਕੇ ਦੂਸਰੇ ਸ਼ਖਸ ਦੀ ਭਾਲ ਕੀਤੀ ਜਾ ਰਹੀ ਹੈ। ਬਾਈ ਜੀ, ਇਹਨਾਂ 2 ਦਿਨ ਪਹਿਲਾਂ ਮੇਰੇ ਕੋਲ ਰੀਚਾਰਜ ਕਰਾਉਣਾ ਸੀ ਨਾਂਗ, ਦੋ ਜਣੇ ਉਹਨਾਂ ਕੋਲ ਪੈਸੇ ਕਾਹ ਸੀ 240 ਸਮਾਂ 300 ਦਾ ਰੀਚਾਰਜ ਹੁੰਦਾ ਤੇ 240 ਕਿੱਦਾਂ ਕਰ। ਚੱਲ ਮੈਨੂੰ ਕਿਹਾ ਵੀ ਤੂੰ ਘੱਟ ਲੈ, ਤੈਨੂੰ ਦੇਖਾਂਗੇ ਅਸੀਂ ਵੀ ਮਹਾਂ, ਚੱਲ ਕੋਈ ਦੇਖ ਲਿਓ ਬਾਈ। ਤੇ ਕੱਲ ਮੈਂ ਬੈਠਿਆ ਤੇ ਮੈਨੂੰ ਪਿੱਛੋਂ ਪੱਗ ਖਿੱਚ ਕੇ 4 ਜਣੇ ਮੈਨੂੰ ਚਿਮੜ ਗਏ, 2 ਜਣੇ ਮੇਰੇ ਬ੍ਰਦਰ ਨੂੰ ਚਿਮੜ ਗਏ ਜੀ। ਤੇ ਉਹਨਾਂ ਨੇ ਬਾਈ ਮੈਨੂੰ ਤਾਂ ਕੁੱਟ ਮੇਰੇ ਬਹੁਤ ਕੁੱਟੀਆ, ਮੈਨੂੰ ਜ਼ਿਆਦਾ ਸੱਟਾਂ ਲੱਗੀਆਂ ਗੋਝੀਆਂ। ਆ ਮਹਾਂ ਦੋ ਬ੍ਰਦਰ ਨੂੰ ਆ ਦਿਨ ਦਿਹਾੜੇ ਬਾਈ ਗੁੰਡਾ ਕਰਦੇ ਤੇ ਮੈਨੂੰ ਅਸੀਂ ਕਹਿੰਦੇ ਮੈਨੂੰ ਕਹਿੰਦੇ ਅਸੀਂ ਮੋਰਚੇ ਤੋਂ ਆਏ ਹਾਂ, ਮੋਰਚੇ ਤੋਂ। ਤੇ ਬਾਈ ਇਹਦੇ ਪਿੰਡ ਇਕੱਠਾ ਹੋ ਗਿਆ ਸਾਰਾ ਸਮਾਨ ਵੀ, ਗੋਲਡੀ ਦੀਆਂ ਸੱਟਾਂ ਵੱਜੀਆਂ, ਇੱਕ ਬੰਦਾ ਪਿੰਡ ਵਾਲਿਆਂ ਨੇ ਫੜ ਲਿਆ ਜੀ। ਤੇ ਉਹਦੇ ਕੋਈ ਕਸ਼ਹਿਰਾ ਨੀ, ਕੁਛ ਨੀ ਪਾਇਆ ਹੋਇਆ। ਤੇ ਹੁਣ SHO ਸਾਹਿਬ ਕੋਲ ਆਏ, ਉਹਨੇ ਮਤਲਬ ਕਿ ਸਾਰੇ ਦਸਤਾਰ ਕੱਢ ਲਈ, ਕਿਰਪਾਨ ਪਾਈ ਹੋਈ ਭਾਈ, ਜਾਲੀ ਕਿਰਪਾਨ ਪਾਈ ਹੋਈ ਤੇ ਕੋਈ ਅਮਨ ਨੀ ਛਕਿਆ। ਉਹ ਕਹਿੰਦਾ ਸੀ ਉਹ ਬੰਦਾ ਕਹਿੰਦੇ ਪਾਣੀ ਪੱਤ ਦਾ ਜਿਹੜਾ ਹੁਣ ਅੰਦਰ ਫੜਿਆ ਹੋਇਆ, ਪਾਣੀ ਪੱਤ ਦਾ ਜਿਹੜਾ। ਪੁਲਿਸ ਨੇ ਕਾਰਵਾਈ ਕਰ ਰਹੀ ਹੈ? ਪੁਲਿਸ ਬਾਈ ਕਾਰਵਾਈ ਕਰ ਰਹੀ ਹੈ। ਪਰਚਾ ਹਸਪਤਾਲ ਸੀ, ਹਸਪਤਾਲ। ਹਾਂ, ਮੈਂ ਹੁਣ 6 ਫੇਸ ਤੋਂ ਹੁਣੀ ਆਇਆ। ਉਹ ਕਹਿੰਦੇ ਉੱਤੇ ਉਹ ਮੈਨੂੰ ਕਹਿੰਦੇ ਤੂੰ ਪੁਲਿਸ ਦਾ ਸਨੇਹ ਆਊਗਾ। ਤੇ ਮੈਨੂੰ ਇਹਨਾਂ ਦਾ ਫੋਨ ਆਇਆ ਵੀ ਕਹਿੰਦੇ ਵੀ ਤੂੰ ਥਾਣੇ ਆ ਇੱਕ ਮਿੰਟ ਵਾਲੇ, ਹੁਣ ਪਰਚਾ ਕੱਟ ਰਹੇ ਨੇ ਸਰ। ਐਮਐਲਏ ਕੱਟੀ ਗਈ ਸਰ? ਹਾਂ ਲੁੱਟ ਸਰ, 55,500 ਰੁਪਏ ਕੱਢੇ ਇਹਨਾਂ ਨੇ ਜੀ। ਮੇਰਾ ਮਨੀ ਟ੍ਰਾਂਸਫਰ ਤਾਂ ਮੇਰਾ 5 ਲੱਖ ਦਾ ਰੋਜ਼ ਮਨੀ ਟ੍ਰਾਂਸਫਰ ਆਉਂਦਾ। ਆ ਤੁਹਾਨੂੰ ਦਿਖਾਦਾ, ਗੱਲੇ 'ਚ ਵੀ ਹੱਥ ਪਾਇਆ ਇਹਨਾਂ ਨੇ। ਲੈ ਗਏ ਉਹ ਨੇ ਦੌੜ ਗਏ ਜਦੀ, ਤਿੰਨ ਦਿਨ ਦੌੜ ਗਏ, ਇੱਕ ਫੜ ਲਿਆ ਜੀ, ਪੈਸੇ ਲੈ ਗਏ ਸਰ। ਹਾਂਜੀ, ਉਹ ਦੇਖਤਾ ਰਹੇ ਨੇ CCTV ਦੇ ਜਿਹੜਾ ਸਰ CCTV ਉਹ ਆਂਦੀ ਨਹੀਂ, ਅੰਦਰ ਵੜ ਕੇ ਬਾਹਰ ਹੀ ਨਿਕਲ ਗਏ, ਮੇਰਾ ਗੱਲਾ ਹੀ ਬਾਹਰ ਹੀ ਹੈ ਜੀ। ਉਹਨਾਂ ਨੇ ਇਹੀ ਕਹਿਤੇ ਅਸੀਂ ਦੌੜ ਗਏ ਸਰ। ਸਰ ਨਾਂਗ, ਅਸੀਂ ਕਹਿੰਦੇ ਅਸੀਂ ਨਾਂਗ ਕਹਿੰਦੇ ਨਾਂਗ ਅਸੀਂ ਜਾਂ ਸਰ ਇੱਕ ਪਿੰਡ ਵਾਲੇ ਨੇ ਫੜਿਆ, ਸਾਰਾ ਪਿੰਡ ਇਕੱਠਾ ਹੋ ਗਿਆ। ਤਾਂ ਮਤਲਬ ਕਿ ਫਿਰ ਭਾਈ ਉਹ ਕਹਿੰਦਾ ਵੀ ਜਾਲੀ ਨਾਂਗ ਹੈ, ਨਾ ਉਹਦੇ ਕਛਹਿਰਾ ਪਾਇਆ ਹੋਇਆ, ਨਾ ਕੁਛ ਜੀ। ਦਿਨ ਦਿਹਾੜੇ ਗੁੱਡਾ ਕਰਦੀ, ਥੋੜੇ ਆਪਣੇ ਮਾਰਕੀਟ ਵੀ ਲੇਟ ਹੋ ਗਏ, ਉਹ ਚੱਕੀਆਂ ਤੱਕ ਦੌੜ ਕੇ ਗਏ ਨੇ ਸਰ ਆ 4-5 ਜਣੇ। ਤੇ ਹੁਣ ਕੀ ਮੰਗ ਕਰਦੇ ਤੁਸੀਂ? ਮੈਂ ਤਾਂ ਵੀ ਇਨਸਾਫ ਮੰਗਦਾ ਇਹਨਾਂ ਤੋਂ ਜੀ। ਇਹਨਾਂ ਨੇ ਬਾਈ ਕਰੋੜਾ ਮੁੰਡਾ ਮੈਨੂੰ ਬਾਹਲਾ ਕੁੱਟਿਆ ਉਹਨੇ ਬਾਈ ਜੀ, ਆਹ ਦੇਖੋ ਸਜਾ ਕੇ ਗੇਰਤਾ ਮੈਨੂੰ। ਉਹ ਰੋਡਾ ਕਹਿੰਦਾ ਤੈਨੂੰ ਅਸੀਂ ਮਾਰਨਾ ਮਾਰਨਾ।